ਉਮਰ ਮਹਿਜ਼ 38 ਸਾਲ ਨਾਮ ਸੰਦੀਪ ਨੰਗਲ ਅੰਬੀਆਂ ਇੱਕ ਉਹ ਸ਼ਖਸ ਇੱਕ ਉਹ ਸ਼ਖਸੀਅਤ ਜਿਸਨੇ ਛੋਟੀ ਉਮਰ ਦੇ ਵਿੱਚ ਹੀ ਵੱਡੀਆਂ-ਵੱਡੀਆਂ ਮੱਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਬਚਪਨ ਤੋਂ ਹੀ ਕਬੱਡੀ ਦਾ ਸ਼ੌਂਕ ਹੋਣ ਦੇ ਕਾਰਨ ਪਹਿਲਾਂ ਪਿੰਡ ਦੇ ਵਿੱਚ ਬੱਚਿਆਂ ਨਾਲ ਖੇਡਣਾ ਫਿਰ ਸਕੂਲ ਦੇ ਵਿੱਚ ਖੇਡਣਾ ਫਿਰ ਕਾਲਜ ਦੇ ਵਿੱਚ ਖੇਡਣਾ ਫਿਰ ਜ਼ਿਲ੍ਹਾ ਪੱਧਰ ਤੇ ਕਬੱਡੀ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਤੇ ਉਸ ਤੋਂ ਬਾਅਦ ਫਿਰ ਵੱਡਾ ਸੁਪਨਾ ਵੇਖਦਿਆ ਹੋਇਆ ਵਿਦੇਸ਼ੀ ਖਿਡਾਰੀਆਂ ਨਾਲ ਵੀ ਮੁਕਾਬਲਾ ਕੀਤਾ ਸੰਦੀਪ ਨੰਗਲ ਨੇ ਤੇ ਸੰਦੀਪ ਨੰਗਲ ਕਬੱਡੀ ਦੀ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਨਾਮ ਕਮਾ ਚੁੱਕਾ ਸੀ ਕਿ ਸਾਰੇ ਉਸ ਨੂੰ ਸਲਾਮ ਕਰਦੇ ਸਨ ਦੱਸ ਦਈਏ ਕਿ ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਦੇ ਨਾਮ ਨਾਲ ਵੀ ਮਸ਼ਹੂਰ ਸੀ ਤੇ ਉਹ ਅੰਬੀਆਂ ਪਿੰਡ ਦਾ ਰਹਿਣ ਵਾਲਾ ਸੀ ਕਾਬਲੇ ਜ਼ਿਕਰ ਹੈ ਕਿ ਹੁਣ ਉਸ ਮਹਾਨ ਖਿਡਾਰੀ ਨੂੰ ਜਾਂ ਕਹਿ ਲਿਓ ਉਸ ਕਬੱਡੀ ਦੇ ਚਮਕਦੇ ਸਿਤਾਰੇ ਨੂੰ ਹਮੇਸ਼ਾ ਲਈ ਗ੍ਰਹਿਣ ਲੱਗ ਗਿਆ ਜੀ ਹਾਂ ਜੇਕਰ ਉਸ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀ ਤਾਂ ਪਰਿਵਾਰ ਦੇ ਵਿੱਚ ਮਾਤਾ ਪਿਤਾ ਦੋ ਬੱਚੇ ਅਤੇ ਇੱਕ ਪਤਨੀ ਹੈ ਕਾਬਲੇ ਜ਼ਿਕਰ ਹੈ ਕਿ 마ਸੂਮ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਸੰਦੀਪ ਇਸ ਦੁਨੀਆ ਤੋਂ ਚਲਾ ਗਿਆ ਤੇ ਹੁਣ ਉਸ ਦੇ ਪਰਿਵਾਰ ਦਾ ਬੇਹਦ ਮਾੜਾ ਹਾਲ ਹੈ ਕਬੱਡੀ ਦੇ ਵਿੱਚ ਆਪਣਾ ਨਾਮ ਚਮਕਾਉਣ ਲਈ ਬਹੁਤ ਮਿਹਨਤ ਕੀਤੀ ਅਤੇ ਬਹੁਤ ਮੱਲਾ ਮਾਰੀਆਂ ਪਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿੱਥੇ ਕਬੱਡੀ ਦੇ ਮੈਚ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸੰਦੀਪ ਲੋਕਾਂ ਨੂੰ ਲਾਈਵ ਹੋ ਕੇ ਸੱਦੇ ਦੇ ਰਿਹਾ ਸੀ ਪਰ ਉਸ ਨੂੰ ਪਤਾ ਹੀ ਨਹੀਂ ਸੀ ਕਿ ਇਸ ਕਬੱਡੀ ਦੇ ਮੈਚ ਦੇ ਵਿੱਚ ਉਸ ਦੀ ਜ਼ਿੰਦਗੀ ਦਾ ਅੰਤ ਹੋ ਜਾਵੇਗਾ ਤੇ ਉਹ ਕਬੱਡੀ ਦਾ ਚਮਕਦਾ ਹੋਇਆ ਸਿਤਾਰਾ ਹਮੇਸ਼ਾ ਲਈ ਅੱਜ ਹਰ ਇੱਕ ਅੱਖ ਨਾਮ ਹੈ ਅਤੇ ਸੰਦੀਪ ਨੰਗਲ ਦੀਆਂ ਉਹ ਗੱਲਾਂ ਉਹ ਹਾਸੇ ਮਜ਼ਾਕ ਨੂੰ ਯਾਦ ਕਰ ਰਹੀ ਹੈ ਜਿਸ ਦੇ ਨਾਲ ਉਹ ਲੋਕਾਂ ਦਾ ਮਨੋਰੰਜਨ ਕਰਦਾ ਸੀ ਕਿਸ ਤਰੀਕੇ ਨਾਲ ਮੈਚ ਤੋਂ ਪਹਿਲਾਂ ਲਾਈਵ ਹੋ ਕੇ ਲੋਕਾਂ ਨੂੰ ਮੈਚ ਦੇ ਵਿੱਚ ਪਹੁੰਚਣ ਦਾ ਸੱਦਾ ਦੇ ਰਿਹਾ ਸੀ ਅਤੇ ਸਾਰਿਆਂ ਨੂੰ ਪ੍ਰੇਰਿਤ ਕਰਦਾ ਸੀ ਕਿ ਮਾਂ ਖੇਡ ਕਬੱਡੀ ਨਾਲ ਪਿਆਰ ਕੀਤਾ ਜਾਵੇ ਸੋ तमाम ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਅਤੇ ਹਰ ਕੋਈ ਇਸ ਘਟਨਾ ਦੇ ਪਿੱਛੇ ਦੀ ਕਹਾਣੀ ਜਾਨਣਾ ਚਾਹੁੰਦਾ ਹੈ ਕਿ ਆਖਰ ਕੀ ਹੋਇਆ ਕਿਉਂ ਹੋਇਆ ਇਸ ਦੇ ਪਿੱਛੇ ਕਾਰਨ ਕੀ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਬਿਹਦ ਮੰਦ ਭਾਗੀ ਖਬਰ ਹੈ ਕਿ ਸੰਦੀਪ ਨੰਗਲ ਅੰਬੀਆਂ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਦੇ ਲਾਈਵ ਚੱਲਦੇ ਮੈਚ ਦੌਰਾਨ ਇੱਕ ਘਟਨਾ ਵਾਪਰਦੀ ਹੈ ਜਦੋਂ ਸੰਦੀਪ ਆਪਣੇ ਕੁਝ ਦੋਸਤਾਂ ਨੂੰ ਛੱਡਣ ਲਈ ਜਾ ਰਿਹਾ ਹੁੰਦਾ ਪਰ ਅਚਾਨਕ ਕੁਝ ਲੋਕ ਆਉਂਦੇ ਨੇ ਉਸਤੇ ਇੱਕ ਨਹੀਂ ਦੋ ਨੇ ਤਾਵੜ ਤੋੜ ਗੋਲੀਆਂ ਦੀ ਬਰਸਾਤ ਕਰ ਦਿੰਦੇ ਨੇ ਅਤੇ ਇਸ ਬਰਸਾਤ ਦੌਰਾਨ ਤਾਬ ਜ਼ਖਮਾਂ ਦੇ ਨਾਲ ਚੱਲਦਿਆਂ ਹੋਇਆ ਸੰਦੀਪ ਨੰਗਲ ਹਮੇਸ਼ਿਆ ਲਈ ਦੁਨੀਆ ਨੂੰ ਅਲਵਿਦਾ ਕਹਿੰਦੇ ਹੈ 28 ਸਾਲਾ ਸੰਦੀਪ ਨੇ ਇੰਨਾ ਕ ਨਾਮ ਕਮਾ ਲਿਆ ਮਾਂ ਖੇਡ ਕਬੱਡੀ ਨੂੰ ਇੰਨਾ ਕ ਪਿਆਰ ਦਿੱਤਾ ਆਪਣੇ ਰੋਮ ਰੋਮ ਦੇ ਵਿੱਚ ਵਸਾਇਆ ਕਿ ਅੱਜ ਹਰ ਕੋਈ ਉਸ ਨੂੰ ਸਲਾਮ ਕਰ ਰਿਹਾ ਹੈ ਦੱਸਦੀ ਏ ਕਿ ਸੰਦੀਪ ਨੇ ਬਹੁਤ ਸਾਰੇ ਕਬੱਡੀ ਮੈਚ ਜਿੱਤੇ ਬਹੁਤ ਸਾਰੇ ਇਨਾਮ ਜਿੱਤੇ ਅਤੇ ਆਪਣੇ ਮਾਪਿਆਂ ਦੀ ਝੋਲੀ ਪਾਈ ਤੇ ਮਾਂ ਖੇਡ ਕਬੱਡੀ ਦਾ ਨਾਮ ਰੌਸ਼ਨ ਕੀਤਾ ਤੇ ਨਾਲ ਹੀ ਆਪਣੇ ਪਿੰਡ ਦਾ ਨਾਮ ਵੀ ਚਮਕਾਇਆ ਪਰ ਉਹ ਚਮਕਦਾ ਸਿਤਾਰਾ ਅੱਜ ਹਮੇਸ਼ਾ ਲਈ ਸਾਰਿਆਂ ਤੋਂ